हेलो जी सत श्रीकाल ते स्वागत सारा नु वेलकम बैक टू आवर चैनल जी दा नाम है प्री बानी रिएक्ट्स गाइस जे तुसी अजे तक साडे चैनल नु सब्सक्राइब नहीं कीता ते प्लीज जाके चैनल नु कर दियो सब्सक्राइब अब बेल आइकन दबाना ना भूलना क्योंकि ओदे करके ही आन की वीडियोस दी नोटिफिकेशन ते तुसी साडी वीडियोस देख सकदे हो ते जे तुसी साडी वीडियोस देख दियो ते प्लीज लाइक और कमेंट करना ना भूलियो बाकी आज लाके हाजिर होया एक होर वधिया जी वीडियो ए ओसे फरमाइश ते है ਜਿਹੜੀ ਅਸੀਂ ਦੋ ਦਿਨ ਪਹਿਲਾਂ ਵੀਡੀਓ ਪਾਈ ਸੀ ਉਹ ਸੀ ਸਲੀਮ ਅਲਬੇਲਾ ਭਾਜੀ ਤੇ ਗੋਗਾ ਪਸਰੂਰੀ ਭਾਜੀ ਦੀ ਤੇ ਵੀਡੀਓ ਦਾ ਟਾਈਟਲ ਕੀ ਹੈ ਜੀ ਮੇਰੇ ਬੱਲੇ ਨੂੰ ਕਾਫੀ ਹੁੰਦਾ ਗਿਆ ਤੇ ਗੱਲ ਵੀਡੀਓ ਹੈਗੀ ਹੈ ਦੁਬਾਰਾ ਸਲੀਮ ਭਾਈ ਦੇ ਚੈਨਲ ਤੋਂ ਆਫੀਸ਼ੀਅਲ ਚੈਨਲ ਤੋਂ ਤੇ ਉਹ ਗੋਗਾ ਭਾਈ ਨੂੰ ਕਰਾ ਰਹੇ ਨੇ ਸ਼ਾਪਿੰਗ ਐਂਡ ਤੱਕ ਬਣੇ ਰਹੋ ਥੋੜੀ ਲੰਬੀ ਵੀਡੀਓ ਮਜ਼ਾ ਬਹੁਤ ਆਏਗਾ ਕਿਉਂਕਿ ਉਹਨਾਂ ਦੀ ਗੱਲਾਂ ਹੀ ਇਹ ਜੀਆਂ ਹੋਣਗੀਆਂ ਐਂਡ ਤੱਕ ਬਣੇ ਰਹਿਣਾ ਫੁੱਲ ਇੰਜੋਏ ਹੋਏਗਾ ਭਾਈ ਜੀ ਆ ਜਾ ਸ਼ਰਵਾਨੀ ਭਾਈ ਨੇ ਇਸ ਕਿਸਮ ਦੀ ਹੋਣੀ ਚਾਹੀਦੀ ਹੈ ਜਿਹੜਾ ਨਾ ਬਿਹਤਰੀਨ ਰਾਤ ਨੂੰ ਨਾਈਟ ਫੰਕਸ਼ਨ ਸੋਹਣਾ ਲੱਗੇ ਯਾਰ ਲਓ ਸਰ ਇਹ ਸਾਰੀਆਂ ਸ਼ੇਰਵਾਨੀਆਂ ਲੱਗੀਆਂ ਨੇ ਦੇਖ ਲਓ ਭਾਈ ਇਹ ਦੇਖ ਲਓ ਭਾਈ ਇਹ ਤੇ ਬਲੈਕ ਤੁਹਾਡੇ ਨਾਲ ਜਾ ਰਿਹਾ ਵੈਸੇ ਬਲੈਕ ਨਾ ਬਲੈਕ ਜਾ ਰਿਹਾ ਬਲੈਕ ਨਹੀਂ ਇਹ ਬਲੈਕ 'ਚ ਗੋਲਡਨ ਹੋਵੇ ਨਾ ਜ਼ਿਆਦਾ ਕੰਮ ਕੀਤਾ ਐਮਬਰਾਇਡਰੀ ਜ਼ਿਆਦਾ ਹੋਵੇ ਭਾਈ ਨੇ ਸ਼ਾਦੀ 'ਚ ਕਿੰਨੇ ਦਿਨ ਰਹਿੰਦੇ ਨੇ ਹਫ਼ਤਾ ਰਹਿ ਗਿਆ ਅਤੇ ਮੈਂ ਤੁਹਾਨੂੰ ਇੱਕ ਕਰੀਮ ਦੇਣਾ ਬਣਾ ਕੇ ਇਨ ਸ਼ਾ ਅੱਲਾਹ ਤਾਲਾ ਤੁਸੀਂ 7 ਦਿਨਾਂ 'ਚ ਉਹਦਾ ਰਿਜ਼ਲਟ ਦੇਖ ਲੈਣਾ ਯਾਰ ਇਹ ਬੁਟੀਕ 'ਤੇ ਆਇਆ ਕਿ ਪਾਰਲਰ 'ਚ ਆਇਆ ਮੈਂ ਪਹਿਲਾਂ ਇਹ ਗੱਲ ਦਾ ਦੂਲੇ ਨੇ ਅੱਲਾਹ ਪਾਕ ਤੁਹਾਡੇ ਤੋਂ ਮਾੜੀਆਂ ਮਾੜੀਆਂ ਸ਼ਕਲਾਂ ਆ ਜਾਂਦੀਆਂ ਕੋਈ ਰੌਲਾ ਨਹੀਂ ਐਸਾ ਇਹ ਅੱਲਾਹ ਦੇ ਕੰਮ ਆ ਇਹਦੇ 'ਚ ਕੋਈ ਐਸੀ ਦੋ ਨੰਬਰ ਹੀ ਹੈ ਹੀ ਨਹੀਂ ਤੂੰ ਤਾਂ ਘੜੀ ਨੂੰ ਕਹੇਗਾ ਵੀ ਮਾਲਿਸ਼ ਵੀ ਮੈਂ ਕਰ ਲੈਂਦਾ ਉਹ ਅੱਲਾਹ ਰਹਿਮ ਕਰੇ ਮੈਂ ਕਾਹਦੇ ਲਈ ਕਰਨੀ ਆ ਮੈਂ ਤਾਂ ਕਰੀਮ ਦਾ ਮਸ਼ਵਰਾ ਤੁਹਾਨੂੰ ਨਹੀਂ ਬਣਾ ਕੇ ਦੇ ਦਿਆਂਗਾ ਕਰੀਮ ਮੈਂ 1000 ਰੁਪਇਆ ਤੁਹਾਡੇ ਕੋਲ ਹੈ ਮੈਂ ਦਿਓ ਮੈਂ ਮੁੰਡੇ ਨੂੰ ਕਹਿ ਕੇ ਚੀਜ਼ਾਂ ਯਾਰ ਆਹ ਚੀਜ਼ਾਂ ਤਾਂ ਲੈ ਆਉਂਦੇ ਤੈਨੂੰ ਪਹਿਲਾਂ ਕਰੀਮਾਂ ਤੋਂ ਬੁੜੀਆਂ ਵਾਲੇ ਨੂੰ ਸੱਤ ਕਰੀਮਾਂ ਬੜ ਬਣਾ ਕੇ ਬੈਠਾ ਨਹੀਂ ਭਾਈ ਨੇ ਇਹਦੇ 'ਤੇ ਉੱਦਾਂ ਹੀ ਇੱਕ ਪਰਸਨੈਲਿਟੀ ਬਣ ਜਾਂਦੀ ਬੰਦੇ ਦੀ ਖੂਬਸੂਰਤੀ ਆ ਜਾਂਦੀ ਫੇਸ ਦੇ ਉੱਤੇ ਯਾਰ ਜੁੱਤੀਆਂ ਵਾਲੀ ਦੁਕਾਨ 'ਤੇ ਜਾ ਕੇ ਦੇਖਿਓ ਪਾਲਿਸ਼ ਅੱਗੇ ਸੁੱਟ ਦਿੰਦੇ ਜਰਾਬਾਂ ਸੁੱਟ ਦਿੰਦੇ ਆ ਤੂੰ ਇੱਥੇ ਕਰੀਮਾਂ ਸੁੱਟੀ ਜਾਂਦਾ ਅੱਗੇ ਭਾਈ ਮੇਰੇ ਕੋਲ ਸੁਣਦੇ ਆਉਂਦੇ ਨੇ ਸਾਡੇ ਕੋਲ ਮਸ਼ਵਰਾ ਲੈਂਦੇ ਵਾਸਕਟ ਦਾ ਵੀ ਯਾਰ ਮਸ਼ਵਰਾ ਆਮਲ ਸ਼ਬਾਜ਼ ਆ ਤੂੰ ਹੈ ਭਾਈ ਤੂੰ ਤੇਰੇ ਕੋਲ ਮਸ਼ਵਰਾ ਲੈਂਦੇ ਮੈਂ ਤੁਹਾਨੂੰ ਇੱਕ ਕੈਮੀਕਲ ਹੈਗਾ ਵਾ ਤੁਸੀਂ ਨਾ ਵਿਆਹ ਤੋਂ 2 ਦਿਨ ਪਹਿਲੇ ਹੱਥ ਭਿਉਂ ਦੇਣੇ ਨੇ ਉਹਦੇ 'ਚ ਹਾਂ ਤੇ ਛਿੱਲ ਲਾ ਲਾ ਉਤਲੀ ਆਪਣੇ ਤੁਸੀਂ ਕੱਢਣੇ ਤੇ ਯਕੀਨ ਕਰੋ ਐ ਵਾਈਟ ਹੋ ਜਾਣਗੇ ਅੱਛਾ ਸੌਰੀ ਭਾਈ ਤੁਸੀਂ ਨਾ ਸ਼ਰਵਾਨੀ ਦਿਖਾਓ ਮਸ਼ਵਰੇ ਕੋਲ ਰੱਖੋ ਆਪਣੇ ਇਹ ਦੇਖ ਲਓ ਭਾਈ ਓਏ ਹੋਏ 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 ਵੈਰੀ ਨਾਈਸ ਐ ਕਲਰ ਠੀਕ ਰਹੇਗਾ ਤੁਹਾਨੂੰ ਬਹੁਤ ਸੋਹਣੀ ਔਰ ਰਾਇਲ ਔਰ ਐਲੀਗੈਂਟ ਐਕਚੁਅਲੀ ਬਹੁਤ ਸੋਹਣੀ ਹੈ ਇਹ ਦੇਖ ਲਓ ਇਹਦੇ ਨਾਲ ਸਕਾਰਫ ਵੀ ਮਿਲੇਗਾ ਤੁਹਾਨੂੰ ਇੱਥੇ ਜਿਹੜਾ ਬੁੜੀਆਂ ਨਹੀਂ ਪਾਉਂਦੀਆਂ ਉਹ ਵੀ ਮਿਲ ਜਾਂਦਾ ਯਾਰ ਅਜੀਬ ਹੀ ਭਾਈ ਗੱਲਾਂ ਕਰ ਰਹੇ ਹੋ ਸਕਾਰਫ ਲੈਣਾ ਪੈ ਜਿਹੜਾ ਬੁੜੀਆਂ ਪਾਉਂਦੀਆਂ ਸਕਾਰਫ ਇਹ ਤੁਸੀਂ ਇੱਧਰ ਆਓ ਇੱਧਰ ਆਓ ਇਹ ਫੜੋ ਮੈਨੂੰ ਪਵਾਓ ਭਾਈ ਤੁਸੀਂ ਪਵਾਉਣੀ ਹੈ ਅੱਛਾ ਮੈਂ ਹੈਲੋ ਵਾਹ 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 ਅੱਛਾ ਤੁਸੀਂ ਨਵੇਂ ਕੱਪੜੇ ਮੈਂ ਕਹਿੰਦਾ ਪਹਿਲੇ ਨਾ ਲਓ ਭਾਈ ਨਾ ਇਹਨਾਂ ਜ਼ਰਾ ਨਵਾ ਦੇ ਤੁਹਾਡੀ ਮਿਹਰਬਾਨੀ ਮੈਂ ਨਾ 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 ਕੀ ਆਇਆ ਭਾਈ ਨਹੀਂ ਸਾਡੇ ਕੋਲ ਹੈ ਇੱਥੇ ਇੰਤਜ਼ਾਮ ਕੋਈ ਮਸਲਾ ਨਹੀਂ ਗਰਮੀ ਯਾਰ ਹਰ ਸ਼ੈ ਹੀ ਤੁਸੀਂ ਇੱਥੇ ਰੱਖੀ ਮਸਲਨ ਕੈਸੀ ਦੁਕਾਨ ਹਮਾਮ ਵੀ ਵੇਚੀ ਪਾਇਆ ਹੈ ਭਾਈ ਨੂੰ ਪਤਾ ਕਿ ਫਿਰ ਕਸਟਮਰ ਦੂਸਰੇ ਨੇ ਵੀ ਪਾਉਣੀ ਹੁੰਦੀ ਤੁਹਾਡੇ ਨਹੀਂ ਪਸੰਦ ਆਉਂਦੀ ਬਾਅਦ 'ਚ ਕੌਣ ਲਏਗਾ ਫਿਰ ਮਸਲਨ ਦੂਲੇ ਦੀ ਜੁੱਤੀ ਟੁੱਟ ਜਾਏ ਤੂੰ ਕਹੇਗਾ ਮੈਂ ਹੁਣੇ ਗੰਢ ਦਿੰਦਾ ਹੈ ਨਹੀਂ ਉਹ ਕਾਰੀਗਰ ਭਾਏ ਥੱਲੇ ਸੀ ਇਹਦੀ ਫਿਟਿੰਗ ਕਰਨ ਵਾਸਤੇ ਬਟਨ ਹਰ ਚੀਜ਼ ਇੱਥੇ ਬੰਦੇ ਚ ਪਾ ਕੇ ਤਾਂ ਦੇਖੋ ਘੜੀ ਲਾ ਲਓ ਘੜੀ ਲਾ ਲਓ ਉਹ ਯਾਰ ਤੂੰ ਵਿੱਚ ਟਰਾਈ ਤੇ ਕਰਾ ਦੇ ਘੜੀ ਲਾ ਲੈ ਨਹਾਉਣ ਲੱਗਾ ਮੈਂ ਘੜੀ ਲਾ ਲਓ ਤੂੰ ਮੈਨੂੰ ਪਵਾ ਤੈਨੂੰ ਕੀ ਇਸ ਗੱਲ ਦੇ ਵਿੱਚ ਫਸ ਜਾਣੀ ਆ ਤੇ ਉਹ ਨਹੀਂ ਫਸਦੀ ਭਾਈ ਮੈਂ ਤੇ ਕਿੱਥੇ ਸ਼ਾਦੀ ਕਿੱਥੇ ਹੋ ਰਹੀ ਪੈਂਦੀ ਕਜ਼ਨ ਹੈਗੀ ਦਰਦ ਤਾਂ ਨਹੀਂ ਪੱਠਿਆਂ ਦੇ ਵਿੱਚ ਯਾਰ ਤੂੰ ਕਿਹੜਾ ਮਸਾਜਰਾਂ ਭਾਈ ਤੂੰ ਬਸ ਭਾਈ ਨਾ ਵਿਆਹ ਤੋਂ ਪਹਿਲੇ ਅਗਰ ਤੁਸੀਂ ਹਜਾਮਾ ਕਰਾ ਲਓ ਨਾ ਹਜਾਮਾ ਤਾਂ ਭਾਵੇਂ ਬਾਅਦ 'ਚ ਕਰਾ ਲੈਣਾ ਯਾਰ ਇਹ ਦੇਖੋ ਆਰਾਮ ਆ ਰਿਹਾ ਨਾ ਉਹ ਯਾਰ ਛੱਡ ਦੇ ਥੈਰੇਪੀ ਵੀ ਕਰ ਲੈਣਾ ਉਹ ਯਾਰ ਤੂੰ ਥੈਰੇਪੀ ਭਾਈ ਮੇਰੇ ਕੀ ਹੋ ਗਿਆ ਕੋ ਨਾ ਇੱਧਰ ਆ ਮੇਰਾ ਭਰਾ ਤੂੰ ਯਾਰ ਤੂੰ ਕਿਹੜਾ ਕੀ ਕਿਹੜਾ ਆਲ ਰਾਉਂਡਰ ਆ ਤੂੰ ਹਰ ਕੰਮ ਹੀ ਕਰੀ ਜਾ ਰਿਹਾ ਮਾ ਇਹ ਫਿਰ ਹੁੰਦਾ ਹੈ ਜ਼ਿੰਦਗੀ ਦੇ ਨਾਲ ਹੀ ਹਰ ਕੰਮ ਬੰਦੇ ਨੂੰ ਆਉਣਾ ਚਾਹੀਦਾ ਲਾਹੌਰ ਮੈਂ ਭਾਈ ਨੇ ਅਕਸਰ ਇਹ ਦੇਖਿਆ ਵਾ ਬੰਦਾ ਨਾ ਸਾਰੇ ਆਲ ਰਾਉਂਡਰ ਹੀ ਹੈ ਹਰ ਕੰਮ ਸਿੱਖਿਆ ਹੋਇਆ ਉਹਨਾਂ ਭਾਈ ਨਾ ਅਗਰ ਵੀ ਤੁਹਾਨੂੰ ਹਰ ਕੰਮ ਆਉਂਦਾ ਹੁੰਦਾ ਨਾ ਤੇ ਪਹਿਲੀ ਤਲਾਕ ਨਾ ਲੈਂਦੀ ਟਿਚ ਬਟਨ ਕਰ ਲਓ ਬੰਦ ਇਹ ਕਰ ਲੈਂਦੇ ਹੋ ਬਸ ਭਾਈ ਟਰਾਈ ਲੈਣੀ ਹੈ ਬਸ ਸਾਰੇ ਬੰਦ ਕੇ ਸਾਹ ਬੰਦ ਕਰਨਾ ਮੇਰਾ ਨਹੀਂ ਨਹੀਂ ਇਹ ਵੀ ਮੈਂ ਕਰਨਾ ਨਾ ਇਹ ਵੀ ਤੇ ਇਹਦੇ ਨਾਲ ਕੁੱਲਾ ਭਾਈ ਮੈਚਿੰਗ ਹੋਏਗਾ ਜਾਂ ਕੋਈ ਹੋਰ ਹਾਂਜੀ ਇਹਦੇ ਨਾਲ ਕੋਈ ਕੁੱਲਾ ਵੀ ਹੈ ਵੀ ਮੈਚਿੰਗ ਨਾ ਭਾਜੀ ਬਣਿਆ ਪਿਆ ਬਿਲਕੁਲ ਮੈਚਿੰਗ ਮੰਗਵਾਓ ਨਾ ਉਹ ਵੀ ਰਾਸ਼ ਸਾਹਿਬ
ਇਹਦੇ ਨਾਲ ਕੁੱਲਾ ਧੰਦੇ ਦੇ ਹਾਂਜੀ ਭਾਈ ਕੁੱਲਾ ਮੈਚਿੰਗ ਰਸ਼ ਸਾਹਿਬ ਕੁੱਲਾ ਲਿਆਓ ਹਲੋ ਜੀ ट्राई कराओ जरा मैं कहना खुसा भी पालो इतो तैयार हो गए सीधे उधर ही जाओ यार हफ्ता रहा मैं बूहे अगे बह जा उन्होंने जाके पहला और यार सीधा तो आप हेलो यार कामरान भाई भी बुलायो यार राशि साहब गल कर खांसी आ गई दवाई ना नहीं शोखिया दवाई ना नहीं तलवार लिया भाई हेलो ਉਹ ਫੜਾਉਣੀ ਤੁਹਾਡੇ ਹੱਥ 'ਚ ਉਹਦੀ ਖੂਬਸੂਰਤੀ ਉਹ ਗਰੇ ਸੀ ਮੁਗਲੀਆ ਦੁੱਲਾ ਮੈਂ ਭਾਈ ਨਾ ਨਹੀਂ ਰਿਵਾਜ ਅੱਜ ਕੱਲ੍ਹ ਲਾੜੇ ਨੇ ਹੱਥ 'ਚ ਤਲਵਾਰ ਫੜੀ ਹੁੰਦੀ ਘੋੜਾ ਵੀ ਦੇ ਮੈਨੂੰ ਇੱਕ ਲੈ ਘੋੜਾ ਕੀ ਬੁੱਢੀ ਚੁੱਕਣ ਚੱਲਾਂ ਤੂੰ ਘੋੜਾ ਤਾਂ ਤੈਨੂੰ ਕਿੱਥੋਂ ਦੇ ਦੇ ਤੂੰ ਲੱਕੜ ਦੇ ਘੋੜੇ 'ਚ ਵੜ ਕੇ ਨੱਚ ਸਿਰ ਐ ਨਾ ਭਾਈ ਨਾ ਇਹਨੂੰ ਇੱਥੋਂ ਫੜ ਲਓ ਇੱਥੋਂ ਫੜੋਗੇ ਨਾ ਕੋਈ ਲਾ ਕੇ ਦੌੜੇਗਾ ਨਹੀਂ ਯਾਰ ਸਟਾਈਲ ਹੁੰਦਾ ਵਾ ਲਾ ਕੇ ਦੌੜਾ ਸਟਾਈਲ ਹੈਗਾ ਰਸ਼ ਸਾਹਿਬ ਉਹ ਜਿਹੜੀ ਚੱਦਰ ਹੁੰਦੀ ਆ ਉੱਪਰ ਚਾਦਰੇ ਚੜਾਉਣ ਲੱਗ ਗਏ ਇਹ ਵੀ ਤੁਸੀਂ ਲੈ ਸਕਦੇ ਹੋ ਗਰਮੀ ਬੜੀ ਆ ਚਾਦਰਾਂ ਕਟਾ ਯਾਰ ਇਹਦਾ ਬਾਹਰ ਵੱਡਾ ਇਹ ਚ ਭਾਬੀ ਵੀ ਆ ਜਾਏਗੀ ਇਹ ਦੇਖੋ ਨਾ ਭਾਈ ਅੱਲਾ ਯਾਰ ਉੱਪਰੋਂ ਉਹ ਭਾਈ ਨਾ ਮੈਂ ਨਹੀਂ ਓਵਰ ਹੋ ਰਿਹਾ ਅੱਲਾ ਰਹਿਮ ਕਰੇ ਇਹ ਚੱਲ ਰਿਹਾ ਜੋ ਮਾਰਕੀਟ ਚੱਲ ਰਿਹਾ ਮੈਂ ਉਹ ਹੀ ਦਿਖਾ ਰਿਹਾ ਤੁਹਾਨੂੰ ਲਓ ਭਾਈ ਇਹ ਬਿਲਕੁਲ ਠੀਕ ਹੈ ਚਲੋ ਭਾਈ ਠੀਕ ਹੈ ਆ ਲਓ ਭਾਈ ਨਾ ਸਟਾਫ ਥੋੜਾ ਜਿਹਾ ਨਾ ਗਰਮ ਲੱਗ ਰਿਹਾ ਵਾ ਮੈਨੂੰ ਭਾਜੀ ਤੁਸੀਂ ਆਪ ਕੁਝ ਮੂੰਗਫਲੀ ਖਾ ਕੇ ਆ ਗਏ ਪਤਾ ਨਹੀਂ ਕੀ ਖਾ ਕੇ ਆ ਗਏ ਤੁਹਾਨੂੰ ਇਹ ਨਹੀਂ ਕਿ ਤੁਹਾਨੂੰ ਆਪ ਨੂੰ ਗਰਮੀ ਆ ਇਹ ਹੀ ਚੈੱਕ ਕਰਾ ਲਓ ਉਹ ਕੰਨਾਂ 'ਤੇ ਲਿਖਿਆ ਨਹੀਂ ਹੁੰਦਾ 3 ਦਿਨ ਮੈਂ ਗਰਮੀ ਖਤਮ ਉਹਨੂੰ ਮਿਲ ਲਓ ਕਿਤੇ ਜਾ ਕੇ ਭਾਈ ਨੇ ਕਹਿੰਦਾ ਸਟਾਫ ਗਰਮ ਆ ਇੱਕ ਹਫ਼ਤਾ ਰਹਿੰਦਾ ਮੈਂ ਤੁਹਾਨੂੰ ਭਾਈ ਤੁਹਾਡਾ ਮੇਦਾ ਗਰਮ ਆ ਮੰਨ ਲਓ ਮੇਰੀ ਗੱਲ ਸਟਾਫ ਨਹੀਂ ਗਰਮ ਖੁੱਸਾ ਦਿਖਾਈ ਦਾ ਦੂਜਾ ਵੀ ਸੁੱਟੋ ਇੱਕ ਕੀ ਕਰਨਾ ਉਹ ਯਾਰ ਕੀ ਕਰਨ ਡੇ ਆ ਰਾਸ਼ਦ ਭਾਈ ਮੇਰੇ ਵੱਲ ਸੁੱਟਣਾ ਵਾ ਅੱਲਾ ਰਹਿਮ ਕਰੇ ਕਦ ਲਈ ਉਹਨੂੰ ਹਜੇ ਵਿਆਹ ਤੋਂ ਪਹਿਲਾਂ ਹੀ ਛਿੱਤਰ ਪੈ ਰਹੇ ਉਹਨੂੰ ਇਹ ਦੇਖੋ ਭੈਣ ਭਾ ਖੁੱਸਾ ਨਾ ਮੈਨੂੰ ਹੁਣ ਦੋ ਪੈਰ ਵਹਾ ਇੱਥੇ ਤੁਰ ਕੇ ਗੱਲ ਕਰੀਦੀ ਮੈਂ ਟਰਾਈ ਕਰ ਰਿਹਾ ਸ਼ਰੀਰ ਲੱਗੀ ਭੈਣ ਕੋਈ ਤਕਲੀਫ ਨੀ ਹੋਏਗੀ ਤੁਹਾਨੂੰ ਸੋਫਟ ਹੈਗਾ ਸਾਰਾ ਲੱਗਦਾ ਲੁਗਦਾ ਤੇ ਨਹੀਂ ਹੈ ਮੇਰਾ ਕੋਈ ਲੱਗਦਾ ਤੇ ਨਹੀਂ ਮੈਂ ਦੇਖ ਰਿਹਾ ਨਹੀਂ ਨਹੀਂ ਤੇਰੇ ਨਾਲ ਤਾਂ ਨਹੀਂ ਮਹੱਲੇ 'ਚ ਕੋਈ ਲੱਗਦਾ ਉਹ ਚੁੱਕ ਕੇ ਲੈ ਜਾਵੇ ਚਲੋ ਤੁਸੀਂ ਲਾ ਦਿਓ ਪੈਕ ਕਰ ਦਿੰਦੇ ਤੁਸੀਂ ਸਿਲੈਕਟ ਕਰ ਲਓ ਵੈਸੇ ਠੀਕ ਹੈ ਪਾਸ ਆ ਠੀਕ ਹੈ ਪਸੰਦ ਆ ਗਈ ਹੈ ਇਹ ਲਓ ਫਿਰ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਹੈ ਆ ਦਿਖਾਓ ਕੋਈ ਐਚੀ ਸੰਚ ਹੈ ਤਾਂ ਤੁਹਾਡੇ ਕੋਲ ਕੋਈ ਚੀਜ਼ ਕਿੱਦਾਂ ਲਾ ਲਿਆ ਯਾਰ ਪ੍ਰਾਇਮਰੀ ਜੇ ਤੂੰ ਪੜਿਆ ਪ੍ਰਾਇਮਰੀ ਤੱਕ ਪੜਿਆ ਤੇ ਐਚ ਸਨ ਮੰਗ ਰਿਹਾ ਇਧਰ ਆਓ ਜੀ ਇਹ ਤੁਹਾਨੂੰ ਦਿਖਾਉਂਦੇ ਭਾਈ ਨੇ ਇਹ ਚੀਜ਼ ਬਹੁਤ ਵਧੀਆ ਇਧਰ ਆ ਜਾਓ ਕੀ ਗੱਲ ਸਹੀ ਨਹੀਂ ਪੈਰ ਤੁਹਾਡਾ ਅੱਗੇ ਤੇ ਆਓ ਇਹ ਚੀਜ਼ ਜਿਹੜੀ ਨਾ ਵੈਸੇ ਤੁਹਾਡੇ ਪਾਉਣ ਵਾਲੀ ਤੇ ਨਹੀਂ ਹੈਗੀ ਕਿਉਂ ਜੀ ਇਹਨੂੰ ਕੀ ਗੱਲ ਮੈਂ ਤੁਹਾਨੂੰ ਦਿਖਾ ਦੇਣਾ ਕਿ ਇਹ ਮਹਿੰਗੀ ਬਹੁਤ ਆ ਯਾਰ ਮਹਿੰਗੀ ਹੋਵੇ ਸਸਤੀ ਹੋਵੇ ਤੈਨੂੰ ਨਹੀਂ ਇਸ ਗੱਲ ਦਾ ਫਿਕਰ ਨਾ ਕਰ ਦੇਖੋ ਕੈਸਾ ਕੈਸਾ ਲੱਗਾ ਅੱਛੀ ਆ ਪਵਾਓ ਜ਼ਰਾ ਹਾਂਜੀ ਕਿਹਨੂੰ ਹੋਰ ਕਿਹਨੂੰ ਪਾਉਣਾ ਲਓ ਭਾਜੀ ਅਤੇ ਤੁਹਾਡੇ ਕੋਲ ਏ ਟੀ ਐੱਮ ਕਾਰਡ ਆ ਜਾਂ ਕੈਸ਼ ਪੈਸੇ ਦੇਣੇ ਤੁਸੀਂ ਨਹੀਂ ਨਹੀਂ ਏ ਟੀ ਐੱਮ ਕਾਰਡ ਆ ਕ੍ਰੈਡਿਟ ਕਾਰਡ ਵੀ ਹੈਗਾ ਵਾ ਜਿਸ ਤਰ੍ਹਾਂ ਕਹੋਗੇ ਕਿਸ ਤਰ੍ਹਾਂ ਖੁੱਲ੍ਹਾ ਪੈਸਾ ਨਹੀਂ ਹੈਗਾ ਮੰਗਤੇ ਨਹੀਂ ਦੇਣਾ ਇਹ ਪਾਓ ਭਾਈ ਯਾਰ ਇੱਧਰੋਂ ਪਵਾ ਉਧਰੋਂ ਪਵਾਨ ਚਲ ਗਏ ਬਾਜੂ ਤੁਹਾਡਾ ਲੱਥ ਨਹੀਂ ਜਾਂਦਾ ਕੋਈ ਗੱਲ ਸਿੱਧੀ ਨਹੀਂ ਕੋਈ ਗੱਲ ਨਹੀਂ ਇਹਦੀ ਗ੍ਰੇਸ ਹੀ ਭਾਈ ਹੋਰ ਹੋਣੀ ਬਹੁਤ ਸੋਹਣਾ ਬਹੁਤ ਸੋਹਣਾ ਔਰ ਜੱਚ ਵੀ ਰਿਹਾ ਇਹ ਤੁਹਾਨੂੰ ਨਾ ਇਹ ਤੁਸੀਂ ਅੱਲਾ ਦੇ ਹੁਕਮ ਨਾਲ ਪਾ ਕੇ ਜਾਓਗੇ ਨਾ ਤੁਹਾਡੇ ਵੱਲ ਕਿਸੇ ਨੇ ਨਹੀਂ ਦੇਖਣਾ ਸ਼ੇਰਵਾਨੀ ਵੱਲ ਦੇਖਣਗੇ ਸਾਰੇ ਮੈਂ ਕਿੱਥੇ ਜਾਊਂ ਸ਼ੇਰਵਾਨੀ 'ਚ ਛੱਡ ਦੇ ਪਰੇ ਉਹ ਵੇਲੇ ਗਏ ਜਦੋਂ ਤੈਨੂੰ ਦੇਖਦੇ ਸੀ ਅਗਲੇ
जिन्हें धी देती तेन देखा हूं अगले शेरवानी तेन जची हो कुर्सी वगैरह भैन को बुलाओ मैं बहना मैं कुर्सी कुर्सी आ दौ जी भाजी एच सन जी है ना वो तुम दिखाने कुला एच सन आला राशन पिछे आना राशन पान थोड़ी देना चलो आप तुसी दे ओ यार ए नहीं कंफर्टेबल हैगा है ए नहीं कंफर्टेबल पूरा ही आवा पतावा पा दे इहदे च लाइट चलती है जिन्हिया लगिया ने ना ਇਹ ਚ ਲੈਟਾਂ ਜਲਣ ਲੱਗੀਆਂ ਰਾਤ ਦੀ ਬਰਾਤ ਇਹਦੇ ਨਾਲ ਸਜਣੀ ਜੇ ਤੁਹਾਡੀ ਵਾਹ ਉੱਥੇ ਬੱਤੀ ਚਲੀ ਵੀ ਗਈ ਤੁਸੀਂ ਜਗਮਗ ਕਰੋਗੇ ਤੁਹਾਨੂੰ ਤੇ ਚਾਰ ਚੰਦ ਨਹੀਂ ਤੁਹਾਨੂੰ 8-10 ਲੱਗ ਜਾਣੇ ਰਾਸ਼ਦ ਭਾਈ ਕਿਹਸਾ ਲੱਗ ਰਿਹਾ ਸੌਰੀ ਤੂੰ ਜਰਾ ਮੇਰੀ ਦੂਰ ਦੀ ਨਜ਼ਰ ਨਹੀਂ ਠੀਕ ਤੇਰੀ ਨੇੜੇ ਦੇ ਵੀ ਨਹੀਂ ਠੀਕ ਲੱਗਦੀ ਤੁਹਾਨੂੰ ਸੌਰਿਆਂ ਨੇ ਨੇੜਿਓਂ ਵੇਖਿਆ ਜਾਂ ਦੂਰੋਂ ਨਹੀਂ ਮੈਂ ਉਹ ਬਕਾਇਦਾ ਅਸੀਂ ਹੋਟਲ ਇੱਕ ਬੁੱਕ ਕਰਵਾਇਆ ਸੀ ਉਹਦੇ 'ਚ ਡਿਸਕਸ ਹੋ ਗਿਆ ਉੱਥੇ ਮਤਲਬ ਤੇ ਹੁਣ ਕੀ ਚੱਲ ਰਿਹਾ ਉੱਥੇ ਪੱਕਣਾ ਕੀ ਹੈ ਯਾਰ ਤੂੰ ਵੇਟਰ ਆ ਤੂੰ ਆਪਣੀ ਗੱਲ ਕਰ ਤੈਨੂੰ ਕੀ ਉੱਥੇ ਪੱਕਣਾ ਨਾ ਪੱਕਣਾ ਉਹ ਨਹੀਂ ਹੁੰਦਾ ਹੀ ਆ ਭਰਾ ਬੰਦੀ ਆ ਕਿਹੜਾ ਐਡਾ ਰੌਲਾ ਏਡਾ ਭਰਾ ਬੰਦੀ ਕਾਹਦੀ ਆ ਤੂੰ ਇਹਦੇ ਬਾਰੇ ਡਿਸਕਸ ਕਰਨਾ ਵੀ ਇਹਦਾ ਰੇਟ ਕੀ ਹੈ ਕੀ ਆ ਇਹਦਾ ਭਾਈ 1,00,000 ਰੁਪਇਆ ਹੋਏਗਾ ਇਹਦਾ 50,000 ਦੇ ਆ ਜੀ ਯਾਰ ਮੈਂ ਕੈਨਸਲ ਕਰਦਾ ਇਹ ਦੇਖੋ ਇਹਦੇ ਉੱਤੇ ਲੱਗਾ ਕੀ ਹੈ ਬਣਿਆ ਕੰਮ ਦੇਖੋ ਕਾਰੀਗਰ ਯਾਰ ਪੈਸੇ ਲੈਣੇ ਲੱਗਾ ਮੈਂ ਇਹਦੇ ਵਾਲੀ ਦੇਖੀ ਜਾਵਾਂ ਇੱਕ ਬਾਜ਼ੂ ਤਿਆਰ ਹੁੰਦਾ ਇਹਦਾ ਨਹੀਂ ਕਰਨਾ ਇਹਦੇ ਵਾਲੀ ਦੇਖੀ ਜਾਵਾਂ ਇਹ 6 ਮਹੀਨੇ 'ਚ ਇੱਕ ਬਾਜ਼ੂ ਜਿਹੜਾ ਮੈਂ ਜੁੜਦਾ ਐ ਕਰਕੇ ਐ ਇਹਦੇ ਉੱਤੇ ਤੁਸੀਂ ਬਾਜ਼ ਵੀ ਬਾ ਸਕਦੇ ਆ ਦੇਖੋ ਭਾਵੇਂ ਬਾਂਦਰ ਬਾ ਲਓ ਜੋ ਮਰਜ਼ੀ ਬਾ ਲਓ ਬਾਂਦਰ ਬਾਉਣਾ ਤੇ ਤੂੰ ਬਹਿ ਜਾ ਨਹੀਂ ਇਹ ਮਤਲਬ ਚੀਜ਼ ਐਸੀ ਬਣਾਈ ਆ ਤੁਸੀਂ ਦੇਖਿਆ ਨੀ ਅੰਧੇਰੀ ਰਾਤੋਂ ਮੈਂ ਯਾਰ ਏਡਾ ਮੀਠਾ ਬਚਨ ਨਾ ਬਣ ਉਹਨੇ ਪਾਇਆ ਮੈਂ ਨਹੀਂ ਰਿਹਾ ਜਿਸੇ ਲੋਕ ਸ਼ਹਿਨਸ਼ਾਹ ਕਹਤੇ ਹੈ ਉਹ ਪਾਈ ਹੈ ਇਹ ਪਾਈ ਹੈ ਓਕੇ ਹੈਗੀ ਤੁਹਾਨੂੰ ਆਪਣੇ ਨਾਲ ਲਾ ਦੇਈ ਇਹ ਫਾਈਨਲ ਕਰ ਦਈਏ ਭਾਈ ਹਾਂਜੀ ਇਹ ਫਾਈਨਲ ਪੁੱਲਾ ਵੀ ਹੈ ਵੀ ਤੇ ਉਹ ਖੁਸਾ ਵੀ ਪੇਅਰ ਹੋ ਯਾਰ ਮਹਿੰਗੇ ਤੁਹਾਨੂੰ ਪੇ ਕਰਨੀ ਹੈ ਤੁਹਾਨੂੰ ਇਸ ਗੱਲ ਦੇ ਨਾਲ ਸੇਲਮੈਨ ਇੰਜ ਥੋੜਾ ਕਹਿੰਦਾ ਹੁੰਦਾ ਮਹਿੰਗੇ ਹੈ ਸਸਤੇ ਨਹੀਂ ਭਾਈ ਨੂੰ ਗਾਲ ਨੂੰ ਦੇਖ ਕੇ ਹੀ ਆ ਨਾ ਅਗਲਾ ਕਹਿੰਦਾ ਜੀ ਮੈਨੂੰ ਤਾਂ ਸਸਤੀ ਚੀਜ਼ ਦਿਖਾਓ ਇਹਦੇ ਨਾਲ ਤੁਸੀਂ ਇੱਕ ਵਿਆਹ ਹੀ ਦੇਖਣਾ ਯਾਰ ਇੱਕ ਵਿਆਹ ਵਾਸਤੇ ਹੁੰਦੀ ਆ ਮਸਲਨ ਹੁਣ ਹਫ਼ਤੇ ਬਾਅਦ ਹੋਰ ਕਰਾ ਲਾ ਮੈਂ ਇਹ ਭਾਈ ਨੇ ਪੇਮੈਂਟ ਥੱਲੇ ਕਰਨੀ ਸਾਰੀ ਇਹ ਕਿਹਾ ਹੋ ਗਈ ਤੁਹਾਡੀ ਸੂਟ ਦੇ ਥੱਲੇ ਹਾਂਜੀ ਇਹ ਪੂਰਾ ਪੇਅਰ ਹੋ ਗਿਆ ਖਸਾ ਹੋ ਗਿਆ ਖਲਾ ਹੋ ਗਿਆ 2 2 ਪੀਸ ਨੇ ਉਹਦਾ ਕੱਪੜਾ ਹਾਂਜੀ ਤੇ ਚਲੋ ਇੱਕ ਮਹਿੰਦੀ ਵਾਲਾ ਇੱਕ ਮਹਿੰਦੀ ਵਾਲਾ ਸੂਟ ਤਲਾਕ ਵਾਲਾ ਵੀ ਲੈ ਲਓ ਨਾਲ ਕੁਝ ਨਹੀਂ ਹੁੰਦਾ ਫੇਰ ਫਿਰ ਨਹੀਂ ਹੋਣਾ ਯਾਰ ਤਲਾਕ ਦਾ ਬੜਾ ਮੇਰਾ ਕੋਲ ਲੈਦਾ ਅਰੇਂਜ ਕਰਕੇ ਰੱਖਿਆ ਨਹੀਂ ਪਹਿਲੇ ਨਹੀਂ ਹੋਈ ਉਹ ਹੋ ਗਈ ਬਸ ਸਡਨ ਹੋ ਗਈ ਕਿ ਹੁਣ ਤੂੰ ਇਹ ਵੀ ਤਲਾਕ ਦਵਾਉਣੀ ਅੱਗੋਂ ਵੀ ਹੋ ਜਾਣੀ ਮੈਨੂੰ ਨਜ਼ਰ ਆਉਂਦਾ ਚਲੋ ਥੱਲੇ ਭਾਈ ਨਾ ਕਰ ਲਓ ਤੁਸੀਂ ਚਲੋ ਕਾਮਰਾਨ ਭਾਈ ਨਾ ਕਰ ਲੈਂਦੇ ਨਸ਼ਾ ਮੁਲਾਜ਼ਮ ਆ ਲੇਕਿਨ 1,000 ਰੁਪਇਆ ਮੈਨੂੰ ਦੇ ਦਿਓ ਉਹ ਕਾਹਦਾ ਜੀ ਕਰੀਮ ਨਹੀਂ ਮੈਂ ਬਣਾ ਕੇ ਦੇਣੀ ਜਿਹੜੇ ਮੋਢੇ ਘੁੱਟੇ ਆ ਕਰੀਮ ਬਣਾ ਕੇ ਦੇਣੀ ਉਹ ਯਾਰ ਦੇ ਦਿੰਦੇ ਆ ਕਰੀਮ ਆ ਜਾ ਥੱਲੇ ਆ ਜਾ ਫਿਰ ਤੇਰੇ ਨਾਲ ਗੱਲ ਦੇ 1,000 ਰੁਪਇਆ ਲੈ ਲੈ ਕੋਈ ਨਹੀਂ ਹੱਸ ਰਿਹਾ ਚਲੋ ਭਾਈ ਉਹ ਉੱਥੇ ਭਾਈ ਕੋਲ ਚਲੇ ਜਾਓ ਭਾਈ ਨੇ ਬਹੁਤ ਖਪਾਇਆ ਇਹਨਾਂ ਨੇ ਸ਼ਾਹ ਜੀ ਨੂੰ ਕਹਿਣਾ ਕਿ ਚੰਗਾ ਬੰਦਾ ਭੇਜਿਆ ਤੁਸੀਂ ਯਾਰ ਖਪਾਉਣ ਦਾ ਮਕਸਦ ਨਹੀਂ ਚੀਜ਼ ਜਿਹੜੀ ਆ ਚੁਆਇਸ ਕਰਕੇ ਹੀ ਲੈਣੀ ਹੁੰਦੀ ਆ ਚੁਆਇਸ ਭਾਜੀ ਤੁਸੀਂ ਘਰੋਂ ਦੇਣ ਬਣਾ ਕੇ ਬੰਦਾ ਹੁੰਦਾ ਕਿ ਮੈਂ ਇਹ ਚੀਜ਼ ਲੈਣੀ ਹੈ ਨਹੀਂ ਉਹ ਦੱਸਿਆ ਵਾ ਜਿਹੜੀ ਚੁਆਇਸ ਸੀ ਸਾਰੇ ਕੱਪੜੇ ਤੁਸੀਂ ਅੱਗੇ ਪਿੱਛੇ ਕਰਦੇ ਸਾਰੇ ਵੇਂ ਜੀ ਚੱਲਦਾ ਭਾਈ ਦੁਕਾਨਾਂ ਤੇ ਦਿਖਾਣਾ ਨਹੀਂ ਹੁੰਦਾ ਇਹਨੂੰ ਬੜਾਉਣ ਕੇ ਪਾਇਆ ਤੁਸੀਂ ਭਾਈ ਦੋ ਸੂਟ ਨੇ 2 ਪੀਸ ਹਾਂਜੀ 2 ਪੀਸ ਨੇ
ਇੱਕ ਤੇਲ ਮਹਿੰਦੀ ਵਾਲਾ ਇੱਕ ਤੇਲ ਮਹਿੰਦੀ ਵਾਲਾ ਸੂਟ ਹੈ ਮਹਿੰਦੀ ਸੈੱਟ ਹੋ ਗਿਆ ਤੁਹਾਡਾ ਹਾਂਜੀ ਮਹਿੰਦੀ ਸੈੱਟ ਇੱਕ ਉਹ ਤੇ ਬਰਾਤ ਵਾਲਾ ਸ਼ੇਰਵਾਨੀ ਖੁੱਲਾ ਖੁੱਸਾ ਸ਼ੇਰਵਾਨੀ ਪਗੜੀ ਖੁੱਸਾ ਹਾਂਜੀ ਇੱਕ ਤਲਾਕ ਵਾਲਾ ਵੀ ਲਿਖ ਲਿਆ ਯਾਰ ਕੋਈ ਅਦਲਕਾਰ ਕਾਮਰਾਨ ਸਾਹਿਬ ਇਹਨੂੰ ਕੋਈ ਸਮਝਾਓ ਕੋਈ ਕੈਸਾ ਪਹਿਲੇ ਹੋਈ ਨਾ ਕਹਿ ਰਿਹਾ ਕੈਸਾ ਸੇਲਮੈਨ ਰੱਖਿਆ ਚੱਲ ਯਾਰ ਤੈਨੂੰ ਮੈਂ ਦੱਸ ਬੈਠਾ ਹੁਣ ਉਹਦਾ ਮਤਲਬ ਵੀ ਤੂੰ ਕਿਹੜੇ ਕਿਹੜੇ ਕੱਪੜੇ ਪਸੰਦ ਕਰਾ ਰਿਹਾ ਰੇਟ ਦੱਸੋ ਰੇਟ ਭਾਜੀ ਉਹ ਜਿਹੜੀ ਸ਼ੇਰਵਾਨੀ ਲੱਖ ਵਾਲੀ ਹੈ ਉਹਦਾ ਤੁਸੀਂ ਭਾਵੇਂ ਨਾ ਆਪ ਹੀ ਜਾਇਜ਼ ਲਾ ਲੈਣਾ ਉਹਦਾ ਤੁਹਾਨੂੰ ਜੇ ਰਹਿਣਾ ਕਿਉਂਕਿ ਹੁਣ ਤੁਸੀਂ ਆਏ ਹੋ ਰੈਫਰੈਂਸ ਨਾਲ ਤੇ ਉਹ ਤੁਹਾਨੂੰ ਨਾ 70,000 ਰੁਪਏ ਦੇ ਦਿੰਦਾ ਸ਼ੇਰਵਾਨੀ ਦਾ ਬੜਾ ਡਿਸਕਾਊਂਟ ਕੀਤਾ ਸਾ 25,000 ਉਹ ਜਿਹੜਾ ਖੁੱਸਾ ਹੀ ਭਾਜੀ ਜਿਹੜਾ 25 ਨੰਬਰ ਪੂਰਾ ਸੈਟਿੰਗ ਪੂਰਾ ਸੈਟਿੰਗ ਪੂਰਾ ਸੈਟ ਕਰ ਦਿਓ ਆ ਲੈ ਖੁੱਸਾ ਮਿਹਰਬਾਨੀ ਉਹ ਫ੍ਰੀ ਨਹੀਂ ਭਾਈ ਵੇਚੀ ਪੈਸੇ ਐਡ ਹੋਏ ਉਹਨਾਂ ਨੇ ਵੇਚ ਸੈੱਟ ਕਰਤਾ ਤੇਲ ਮਹਿੰਦੀ ਹੈਗੀ ਭਾਈ ਮਹਿੰਦੀ ਹੈਗੀ 2 ਕਿਲੋ ਤੇ ਮੋਮਬੱਤੀਆਂ ਦੇ ਪੈਕਟ ਨੇ ਤੇ ਅੱਧਾ ਕਿਲੋ ਤੇਲ ਸਰੋਂ ਦਾ ਯਾਰ ਤੂੰ ਮੇਰਾ ਜਿਹੜਾ ਕਾਇਆ ਬਣਿਆ ਵਾ ਵੀ ਸਾਰਾ ਰੇਂਜ ਤੂੰ ਹੀ ਕਰਨਾ ਤੇਲ ਮਹਿੰਦੀ ਵਿੱਚ ਹੋਏਗੀ ਤੇ ਫੇਰ ਤੇਲ ਮਹਿੰਦੀ ਤਾਂ ਅਸੀਂ ਆਪੇ ਰੇਂਜ ਕਰ ਲਾ ਹੈਗੀ ਮਹਿੰਦੀ ਯਾਰ ਜਿਹੜੀਆਂ ਚੀਜ਼ਾਂ ਇੱਥੇ ਅਵੇਲ ਆ ਨਾ ਤੂੰ ਉਹਨਾਂ ਦਾ ਇਹਨ ਸੂਟ ਦੋ 2 ਪੀਸ ਹਾਂਜੀ ਟੋਟਲ ਕਰੋ ਕਿੰਨਾ 1,20,000 ਚ ਜਾਨ ਛੁੱਟ ਗਈ ਤੇਰੀ ਪੂਰਾ ਵਿਆਹ ਹੋ ਗਿਆ ਬਾਜਿਆਂ ਵਾਲੇ ਕਰਨੇ ਨਾਲ ਯਾਰ ਕਿੱਥੇ ਨੇ ਐਸ਼ ਕਿੱਥੇ ਆ ਤੇਰੇ ਯਾਰ ਵੀਰੇ ਪੱਧਰ ਸਾਰੇ ਸਿਸਟਮ ਆ ਇੱਥੇ ਆਉਂਦੇ ਹੀ ਵਿਆਹ ਵਾਲੇ ਲੋਕ ਰੇ ਸ਼ਾਦੀ ਵਾਲੇ ਬਾਹੂ ਬੈਂਡ ਵਾਲਿਆਂ ਦਾ ਮੁੰਡਾ ਮਿਹਰਬਾਨੀ ਭਾਈ ਕੋਈ ਵੀ ਕਮੀ ਪੇਸ਼ੀ ਹੋਵੇ ਮਾਫ਼ੀ ਦੇ ਦੇਣਾ ਸਾਰੀਆਂ ਕਮੀਆਂ ਸੀ ਤੇਰੀਆਂ 3-4-5 ਆਪਾਂ 30,000 ਐਡਵਾਂਸ ਕਰ ਲੈਣਾ ਬਕਾਇਆ ਸਿਲਾਈ ਤੋਂ ਬਾਅਦ ਇਹਦਾ ਪੰਜ ਸੈਨੀਟਾਈਜ਼ਰ ਹੈਗਾ ਤੇ ਨੋਟਾਂ ਨੂੰ ਥੋੜ੍ਹਾ ਜਿਹਾ ਲਾ ਲੈਣਾ ਕਿਹੜੇ ਵੇਲੇ ਜੇਬ ਚ ਪਾਈ ਫਿਰਦਾ ਨਾਪ ਨਹੀਂ ਲਿਆ ਭਾਈ ਨੇ ਚਲੋ ਮੈਂ ਨਾਪ ਦੇ ਦੇਣਾ ਥੈਂਕ ਯੂ ਮਿਹਰਬਾਨੀ ਬਹੁਤ ਸ਼ੁਕਰੀਆ ਬਸ ਤੂੰ ਰਹਿ ਵੱਡੇ ਮੁੰਡੇ ਨੂੰ ਭੇਜ ਦੇਣਾ ਲੈ ਜੇ ਕੱਪੜੇ ਉਹ ਵੱਡਾ ਮੁੰਡਾ ਮੇਰਾ ਵਿਆਹ ਤੇ ਉਹ ਲੈਂਦੇ ਕਿੱਥੋਂ ਲੈ ਆਵਾਂ ਵੱਡਾ ਮੁੰਡਾ ਪਹਿਲੀ ਬੀਵੀ ਚ ਕੋਈ ਨਹੀਂ ਸੀ ਦੋਵਾਂ ਦੇ ਫੇਸ ਬਿਲਕੁਲ ਪੋਕਰ ਫੇਸ ਵਿਦਆਊਟ ਐਕਸਪ੍ਰੈਸ਼ਨ ਹੈ ਨਾ ਕੋਈ ਮਤਲਬ ਚਲੋ ਸਲੀਮ ਅਲਬੇਲਾ ਭਾਈ ਦੇ ਵਿੱਚ ਸਮਾਈਲ ਕਰਦੇ ਸੀਗੇ ਉਹਨਾਂ ਨੂੰ ਜਦੋਂ ਹਾਸਾ ਨਹੀਂ ਕੰਟਰੋਲ ਹੁੰਦਾ ਉਹ ਹੱਸ ਪੈਂਦੇ ਆ ਬਟ ਮੈਂ ਕਹਿੰਦਾ ਗੋਗਾ ਭਾਈ ਦੇ ਮੂੰਹ ਤੇ ਸਮਾਈਲ ਤੱਕ ਨਹੀਂ ਆਉਂਦੀ ਉਹ ਇੰਨੇ ਕੁ ਫਾਈਨ ਐਕਟਰ ਹੈਗੇ ਨੇ ਇੰਨੀ ਕਾਮੇਡੀ ਕਰਨ ਤੋਂ ਬਾਅਦ ਅੱਛਾ ਕੋਈ ਵੀ ਗੱਲ ਸਿੱਧੀ ਨਹੀਂ ਕਰਦੇ ਉਹ ਕਰ ਰਹੇ ਤੇ ਉਹ ਪੁੱਠਾ ਜਵਾਬ ਉਹ ਕਰ ਰਹੇ ਤੇ ਉਹ ਪੁੱਠਾ ਜਵਾਬ ਜਿੱਦਾਂ ਫੈਸਲਾਬਾਦ ਦਾ ਜਿਹੜਾ ਕਲਚਰ ਹੈਗਾ ਉਹ ਵਾਲਾ ਪ੍ਰੋਪਰ ਇਹਨਾਂ ਦੇ ਵਿੱਚ ਇਨਹੈਰੀਟੈਂਸ ਹੈਗੀ ਹੈ ਤੇ ਉਹ ਇਸ ਚੀਜ਼ ਨੂੰ ਐਜ਼ ਅ ਕਾਮੇਡੀ ਕਰਕੇ ਔਨ ਦਾ ਸਪੋਟ ਕਾਮੇਡੀ ਬਣਾ ਰਹੇ ਸਿਰਫ ਸੀਨ ਦਿੱਤਾ ਗਿਆ ਜਿਵੇਂ ਉੱਪਰ ਜਾ ਕੇ ਸ਼ੇਰਵਾਨੀਆਂ ਦਿਖਾਣੀ ਹੈ ਕਿਸੇ ਦਾ ਕੋਈ ਨਹੀਂ ਹੈਗਾ ਵਿੱਚ ਹੈ ਨਾ ਕੋਈ ਸਕ੍ਰਿਪਟਿਡ ਚੀਜ਼ ਨਹੀਂ ਹੈਗੀ ਸਿਰਫ ਗਏ ਨੇ ਤੇ ਫਿਲਮ ਦੀ ਗੱਲਾਂ ਕੀਤੀਆਂ ਨੇ ਸ਼ੇਰਵਾਨੀ ਦਿਖਾਈ ਹੈ ਉਹਦੇ ਵਿੱਚ ਉਹਨਾਂ ਨੇ ਕਾਮੇਡੀ ਕਰ ਕੇ ਤੇ ਐਕਚੁਅਲ ਦੇ ਵਿੱਚ ਜਿਹੜੀ ਉਹਨਾਂ ਨੇ ਆਖਰੀ ਦੇ ਵਿੱਚ ਗੱਲ ਕਹੀ ਕਿ ਰੈਫਰੈਂਸ ਦਾ ਕਹਿ ਕੇ ਕਹਿੰਦੇ ਕਿ ਤੂੰ ਪੂਰੇ ਨਾ ਲਾ ਦਿਓ ਇਹ ਗਾਇਜ਼ ਹਮੇਸ਼ਾ ਰੀਅਲ ਚੀਜ਼ ਉਹਨਾਂ ਨੇ ਕਹੀ ਹੈ ਏਦਾਂ ਹੀ ਹੁੰਦਾ ਹੁੰਦਾ ਅਸੀਂ ਵੀ ਸ਼ਾਪਿੰਗ ਕਰਨ ਜਾਂਦੇ ਆ ਨਾ ਕਿਸੇ ਰਿਸ਼ਤੇਦਾਰ ਦੀ ਜਾਂ ਕਿਸੇ ਜਾਣਨ ਵਾਲੀ ਦੁਕਾਨ 'ਚ ਵੜ ਜਾਂਦੇ ਆ ਨਾ ਕਿ ਭਾਈ ਯਾਰ ਥੋੜ੍ਹਾ ਆਪਣਾ ਠੀਕ ਠੀਕ ਲਾਇਓ ਜਾਣਦੇ ਆਪਾਂ ਤੁਹਾਨੂੰ ਕਹਿੰਦੇ ਹਾਂਜੀ ਹਾਂਜੀ ਲਓ ਜੀ ਆਪਣਾ ਤਾਂ ਘਰ ਵਾਲੀ ਗੱਲ ਹੈ ਤੇ ਮੈਂ ਕਹਿੰਦਾ ਸਗੋਂ ਮਹਿੰਗੀ ਚੀਜ਼ ਦੇ ਕੇ ਭੇਜਦੇ ਆ ਤੁਹਾਨੂੰ ਕਿ ਉਹ ਜਾਣਨ ਵਾਲੇ ਦਾ ਫਾਇਦਾ ਚੁੱਕਣਾ ਉਹਨਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਨੂੰ ਹੋਰ ਮਹਿੰਗੀ ਭਾਲ ਲੱਭੇ ਛੱਡਦੇ ਆ ਚੀਜ਼ਾਂ ਤੇ ਨਾਈਸ ਬਹੁਤ ਵਧੀਆ ਵੀਡੀਓ ਯਾਰ ਸਲੀਮ ਅਲਬੇਲਾ ਭਾਈ ਦੀ ਵੀਡੀਓ ਬਣਦੀਆਂ ਰਹਿਣਗੀਆਂ ਬਣਦੀਆਂ ਰਹਿਣਗੀਆਂ ਬਿਲਕੁਲ ਗਾਇਜ਼ ਮੈਂ ਇੱਕ ਚੀਜ਼ ਕਹਿਣਾ ਚਾਹਾਂਗੀ ਕਿ ਮੈਂ ਮਤਲਬ ਇੱਕ ਚੀਜ਼ ਨੋਟ ਕਰ ਰਹੀ ਸੀ ਇਸ ਵੀਡੀਓ ਵਿੱਚ ਕਿ ਇਸ ਵੀਡੀਓ 'ਚ ਮੈਂ ਨੋਟ ਕਰ ਰਹੀ ਸੀ ਗੱਲ ਕਿ ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਦੋਵਾਂ ਦੇ ਫੇਸ 'ਤੇ ਕੋਈ ਮਤਲਬ ਇੱਦਾਂ ਕਾਮੇਡੀ ਵਾਲਾ ਕੋਈ ਐਕਸਪ੍ਰੈਸ਼ਨ ਨਹੀਂ ਸੀ ਹੈਗਾ ਮਤਲਬ ਇੱਕ ਨੋਰਮਲ ਜਿਵੇਂ ਉਹਨਾਂ ਨੂੰ ਇੱਕ ਸਿਚੁਏਸ਼ਨ ਦਿੱਤੀ ਸੀ ਤੇ ਸਿਚੁਏਸ਼ਨ ਦੇ ਨਾਲ ਉਹਨਾਂ ਨੂੰ ਉਸ ਕੈਰੇਕਟਰ ਨੂੰ ਪਲੇ ਕਰਕੇ ਜੋ ਹੈ ਕਾਮੇਡੀ ਕ੍ਰੀਏਟ ਕਰਨੀ ਸੀ ਮੈਂ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਦਾਤ ਦੇਣਾ ਚਾਹਾਂਗੀ ਸਲੀਮ ਭਾਜੀ ਨੂੰ ਕਿਉਂਕਿ ਐਜ਼ ਅ ਸੇਲਜ਼ਮੈਨ ਜਿਹੜੀ ਓਰੀਜਿਨਲ ਕਿਸੇ ਦੁਕਾਨ ਤੇ ਵੀ ਚਲੇ ਜਾਓ ਜਾਂ ਕਿਸੇ ਸ਼ੋਰੂਮ ਤੇ ਚਲੇ ਜਾਓ ਨਾ ਉਹਨਾਂ ਦਾ ਦਿਖਾਉਣ ਦਾ ਤਰੀਕਾ ਖੜੇ ਰਹਿਣ ਦਾ ਬੋਲਣ ਦਾ ਤਰੀਕਾ ਮੰਗਾਉਣ ਦਾ ਤਰੀਕਾ ਏਦਾਂ ਹੀ ਮਤਲਬ ਬਿਲਕੁਲ ਏਦਾਂ ਲੱਗ ਰਿਹਾ ਸੀਗਾ ਕਿ ਜਿਵੇਂ ਮਤਲਬ ਉਹਨਾਂ ਨੇ ਉਸ ਕੈਰੇਕਟਰ ਨੂੰ ਆਪਣੇ ਅੰਦਰ ਜੋ ਹੈ ਬਿਨਾਂ ਕਿਸੇ ਸਕ੍ਰਿਪਟ ਜਾਂ ਉਸਦੇ ਆਪਣੇ ਆਪ ਦੇ ਅੰਦਰ ਉਹ ਕੈਰੇਕਟਰ ਇੱਕ ਪੜ੍ਹ ਲਿਆ ਉਹਨਾਂ ਨੇ ਸੇਲਸਮੈਨ ਦਾ
ਤੇ ਉਹਨਾਂ ਨੇ ਅੱਗੇ ਉਹ ਸੇਮ ਚੀਜ਼ ਉਹਨਾਂ ਨੇ ਪ੍ਰੈਜ਼ੈਂਟ ਵੀ ਕੀਤੀ ਨਾਲੇ ਥੱਲੇ ਆ ਕੇ ਵੀ ਜਿੱਦਾਂ ਕਿ ਉਹ ਕਾਊਂਟਰ ਦੇ ਪਿੱਛੇ ਖੜੇ ਨੇ ਜਿੱਦਾਂ ਕਿ ਆਮ ਦੁਕਾਨਾਂ 'ਚ ਹੁੰਦਾ ਰੇਟ ਦੱਸਣਾ ਕਿ ਇੰਨਾ ਇੰਨਾ ਸਮਾਨ ਲਿਆ ਜੀ ਨਾ ਲਿਆ ਇਹ ਹੋਇਆ ਉਹ ਹੋਇਆ ਉਹ ਹੋਇਆ ਮਤਲਬ ਉਹਨਾਂ ਦਾ ਜਿਹੜਾ ਤਰੀਕਾ ਸੀਗਾ ਮੈਨੂੰ ਬਿਲਕੁਲ ਇਦਾਂ ਲੱਗਿਆ ਕਿ ਇੱਕ ਬੰਦੇ ਨੂੰ ਇੱਕ ਸਟੋਰੀ ਲਾਈਨ ਦਿੱਤੀ ਇੱਕ ਕੈਰੇਕਟਰ ਦਿੱਤਾ ਉਹਨਾਂ ਨੂੰ ਕੋਈ ਸਕ੍ਰਿਪਟ ਦੀ ਲੋੜ ਨਹੀਂ ਉਹਨਾਂ ਨੇ ਉਸੇ ਕੈਰੇਕਟਰ ਨੂੰ ਫੜ ਕੇ ਉਹਦੀ ਜਿੱਦਾਂ ਕਿ ਇਹਨਾਂ ਨੇ ਕਿਹਾ ਇਨਹੈਰੀਟੈਂਸ ਉਹ ਇਨਹੈਰਿਟ ਕਰਕੇ ਉਹਨਾਂ ਨੇ ਅੱਗੇ ਪ੍ਰੈਜ਼ੈਂਟ ਕੀਤਾ ਤੇ ਉਹ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੀ ਤੇ ਮਤਲਬ ਦੋ ਸੀਨ ਜਿਹੜੇ ਬੈਸਟ ਸੀਗੇ ਇੱਕ ਤਾਂ ਜਿਹੜਾ ਉਹਨਾਂ ਦਾ ਹੈ ਸਿਰ ਤੋਂ ਉਹਨਾਂ ਨੇ ਜਿਹੜਾ ਉਹਨਾਂ ਨੇ ਪਗੜੀ ਜਿਹੜੀ ਚੱਕੀ ਸੀ ਖੱਚੀ ਸੀ ਉਹਨਾਂ ਨੇ ਤੇ ਦੋ ਹੋਰ ਸੀਗੇ ਇੱਕ ਤਾਂ ਉਹਨਾਂ ਨੇ ਕਿਹਾ ਸੀਗਾ ਜਦੋਂ ਪਹਿਲਾਂ ਸ਼ੇਰਵਾਨੀ ਪਾਉਣ ਲੱਗੇ ਸੀ ਇਹ ਕਹਿੰਦੇ ਪਾ ਮੈਨੂੰ ਤੇ ਦੂਜਾ ਉਹਨਾਂ ਨੂੰ ਅੱਗੋਂ ਹੱਥੋਂ ਪਵਾਉਂਦੀ ਸੀਗੀ ਨਾ ਜਦੋਂ ਗੱਫੀ ਪਾ ਰਹੇ ਸੀ ਜਿਹੜੀ ਦੂਜੀ ਵਾਰ ਤੇ ਇੱਕ ਚੀਜ਼ ਮੈਂ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਇਸ ਵੀਡੀਓ ਦੇ ਇਲਾਵਾ ਪਸੰਦ ਆਈ ਉਹ ਸੀ ਇਹ ਪਾਰਟਿਕੂਲਰ ਦੁਕਾਨ ਜਿਹੜੀ ਜਾਂ ਸ਼ੋਰੂਮ ਇਹਨਾਂ ਨੇ ਜਿਹੜਾ ਦਿਖਾਇਆ ਬਹੁਤ ਹੀ ਜ਼ਿਆਦਾ ਸੋਹਣੇ ਸਾਡਾ ਜਦੋਂ ਵੀ ਮਤਲਬ ਪਾਕਿਸਤਾਨ ਚੱਕਰ ਲੱਗੇਗਾ ਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਅਸੀਂ ਇਹੋ ਜਿਹੀ ਕਿਸੇ ਵਧੀਆ ਸ਼ੋਰੂਮ ਤੋਂ ਜੋ ਹੈ ਆਪਣੇ ਵਾਸਤੇ ਸ਼ੋਪਿੰਗ ਕਰਕੇ ਲਹਿੰਗੇ ਲੂੰਗੇ ਲੈ ਕੇ ਜਾਈਏ ਤੇ ਬਾਕੀ ਗਾਈਜ਼ ਉਮੀਦ ਕਰਦੇ ਹਾਂ ਕਿ ਜਿੱਦਾਂ ਕਿ ਅਸੀਂ ਇਹ ਵੀਡੀਓ ਇੰਜੋਏ ਕੀਤੀ ਹੱਸਣ ਨਾਲ ਢਿੱਡ ਦੁੱਖ ਗਿਆ ਉਦਾਂ ਹੀ ਤੁਹਾਡਾ ਵੀ ਦੁਖਿਆ ਹੋਏਗਾ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਸਾਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਤੇ ਪਲੀਜ਼ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਅਸੀਂ ਹੋਰ ਵੀਡੀਓ ਬਣਾਉਣਾ ਚਾਹਾਂਗੇ ਤੇ ਬਾਕੀ ਗਾਈਜ਼ ਖੁਸ਼ ਰਹੋ ਸਿਹਤਮੰਦ ਰਹੋ ਤੰਦਰੁਸਤ ਰਹੋ ਲੈ ਕੇ ਹਾਜ਼ਰ ਹੋਣੇ ਜੀ ਅਗਲੀ ਵੀਡੀਓ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਖੁਦਾ ਹਾਫਿਜ਼।